ਨਮਸਕਾਰ ਦੋਸਤੋ, ਤੁਹਾਡੇ ਆਪਣੇ ਚੈਨਲ ਦੇਸੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਇੱਕ ਬਜ਼ੁਰਗ ਜੀ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ, ਅਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਇਹਨਾਂ ਦੀ ਏਜ ਜਾਣਦੇ ਹਾਂ, ਇਹਨਾਂ ਦਾ ਕੰਮ ਜਾਣਦੇ ਹਾਂ, ਇਹ ਕੀ ਕਰ ਰਹੇ ਆ, ਅਤੇ ਅਸੀਂ ਕਿਸ ਵਾਸਤੇ ਇਹਨਾਂ ਦੀ ਵੀਡੀਓ ਬਣਾ ਰਹੇ ਹਾਂ, ਇਹ ਤੁਹਾਨੂੰ ਵੀਡੀਓ 'ਚ ਦੱਸਦੇ ਹਾਂ ਜੀ। ਆਓ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਬਾ ਜੀ। ਬਾਬਾ ਜੀ, ਤੁਹਾਡਾ ਨਾਮ ਕੀ ਹੈ ਜੀ, ਪਹਿਲਾਂ ਤਾਂ ਇਹ ਦੱਸੋ ਜੀ। ਬਿਲਕੁਲ। ਅਤੇ ਬਾਬਾ ਜੀ, ਕੰਮ ਕੀ ਕਰਦੇ ਹੋ ਜੀ ਤੁਸੀਂ? ਦੋ ਬੇਟੇ ਆ, ਦੋਨੇ ਗੁੰਮਾ, ਅੱਜ ਤੱਕ ਮਿਲੇ ਨੀ, ਕਿੰਨਾ ਟਾਈਮ ਹੋ ਗਿਆ ਜੀ? ਦਿਮਾਗੀ ਕੰਮ ਨੀ ਕਰਦਾ, ਬਜ਼ੁਰਗ ਬੰਦੇ ਆ, ਆਪ ਹੀ ਕੰਮ ਕਰਦੇ ਆ ਸਾਰਾ। ਇਹ ਵੀ ਤੁਹਾਨੂੰ ਆਪਾਂ ਵਿਖਾਵਾਂਗੇ ਇਹਨਾਂ ਦਾ ਸਮਾਨ ਪਿਆ ਕਰੇ, ਕਿਵੇਂ ਸਕੂਟਰੀ ਤੇ ਜਾਂਦੇ ਆ, ਤੁਹਾਨੂੰ ਸਾਰਾ ਆਪਾਂ ਘਰ ਵਿਖਾਵਾਂਗੇ, ਛੱਤ ਛੁੱਤ ਇਹਨਾਂ ਦੀ ਕਿਵੇਂ ਡਿੱਗਣ ਵਾਲੀ ਆ, ਅਤੇ ਤੁਸੀਂ ਹਾਲਤ ਵੇਖ ਹੀ ਸਕਦੇ ਹੋ ਵੀ ਕੰਬ ਰਹੇ ਆ, ਇੰਨੀ ਗਰਮੀ ਆ, ਕੰਬ ਰਹੇ ਆ, ਤੁਸੀਂ ਖੁਦ ਵੇਖ ਸਕਦੇ ਹੋ ਇਹਨਾਂ ਦਾ ਸਰੀਰ। ਬਾਬਾ ਜੀ ਆਪ ਕੰਬ ਰਹੇ ਆ, ਫਿਰ ਵੀ ਕੰਮ ਕਰਦੇ ਆ, ਇੱਥੋਂ ਤੱਕ ਕਿ ਸਾਡੇ ਵਰਗੇ ਆਪਣੇ ਵਰਗੇ ਨੌਜਵਾਨ ਧੁੱਪੇ ਜਾਣੋਂ ਡਰਦੇ ਆ, ਪਰ ਇਹਨਾਂ ਦੀ ਮਜ਼ਬੂਰੀ ਬਣੀ ਪਈ ਆ, ਇਹਨਾਂ ਨੂੰ ਜਾਣਾ ਪੈਂਦਾ, ਅਤੇ ਜਾਣਾ ਪੈਂਦਾ ਕਿਉਂਕਿ ਇਕੱਲੇ ਘਰ 'ਚ ਕਮਾਉਣ ਵਾਲੇ ਕੋਈ ਹੋਰ ਹੈ ਨਹੀਂ। ਦੋ ਮੁੰਡੇ ਸੀ ਜਿਵੇਂ ਕਿ ਮਾਤਾ ਜੀ ਨੇ ਦੱਸਿਆ ਵੀ ਗੁੰਮਾ 15-16 ਤੁਸੀਂ ਸੁਣ ਸਕਦੇ ਹੋ ਵੇਖੋ ਮਾਤਾ ਜੀ ਦਾ ਹਨਾ ਵੀ ਹਾਲ ਤੁਸੀਂ ਦੇਖ ਹੀ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਹਨਾ ਵੀ ਔਖਾ ਕੰਮ ਕਰਨਾ, ਇੰਨੀ ਉਮਰ ਚ ਆ ਕੇ ਕੰਮ ਕਰੀ ਜਾਂਦੇ ਆ, ਤੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਤੁਹਾਡੇ ਚੋਂ ਕਈ ਬੰਦੇ ਵੀਡੀਓ ਵੇਖਣਗੇ, ਅਤੇ ਨੰਬਰ ਅਸੀਂ ਤੁਹਾਨੂੰ ਵੀਡੀਓ 'ਚ ਇਹਨਾਂ ਦਾ ਪਾਵਾਂਗੇ, ਅਤੇ ਇਹਨਾਂ ਦਾ ਸੰਪਰਕ ਕਰਕੇ ਜੇ ਹੋ ਸਕਦਾ ਜਿੰਨੀ ਵੀ ਹੋ ਸਕਦਾ ਤੁਸੀਂ ਆਪਦੀ ਮਤਲਬ ਮਦਦ ਕਰਦੇ ਹੋ, ਜਿੰਨੇ ਤੁਸੀਂ ਕਰ ਸਕਦੇ ਜੇ ਤੁਸੀਂ ਕਰ ਸਕਦੇ 10 ਰੁਪਏ ਦੀ, 5 ਰੁਪਏ ਦੀ, 20 ਦੀ, 30 ਦੀ, ਜਿੰਨੀ ਵੀ ਕਰ ਸਕਦੇ ਹੋ, ਜਾਂ ਹੌਸਲਾ ਦੇਣ ਵਾਸਤੇ ਬਾਬਾ ਜੀ ਨੂੰ ਫੋਨ ਕਰਿਓ, ਕੁਛ ਵੀ ਆ ਤੁਹਾਡਾ ਮਤਲਬ ਕਿ ਸਾਨੂੰ ਫੀਡਬੈਕ ਚਾਹੀਦਾ, ਕਮੈਂਟਾਂ 'ਚ ਵੀ ਚਾਹੀਦਾ, ਅਸੀਂ ਇਸ ਕਰਕੇ ਆਏ ਹਾਂ ਕੋਈ ਸਾਨੂੰ ਆਪਦੀ ਵੀਡੀਓ ਚੱਲਣ ਦਾ ਨਹੀਂ, ਚੱਲੇ ਨਾ ਚੱਲੇ ਸਾਨੂੰ ਸਿਰਫ ਇਹੀ ਆ ਵੀ ਅਸੀਂ ਪਹੁੰਚਾ ਸਕੀਏ ਵੀ ਕੀ ਹਾਲਾਤ ਆ ਬਜ਼ੁਰਗ ਬੰਦੇ ਦੇ, ਗਰਮੀ 'ਚ ਕਿਵੇਂ ਕੰਮ ਕਰਦੇ ਆ, ਕੀ ਪਰਿਵਾਰ ਦੇ ਹਾਲਾਤ ਆ, ਕੀ ਜ਼ਿੰਮੇਵਾਰੀ ਸਰਕਾਰ ਦੀ ਇੱਥੇ ਕੀ ਨਹੀਂ, ਕੀ ਤੁਹਾਨੂੰ ਕੋਈ ਬੁਢਾਪਾ ਪੈਨਸ਼ਨ ਕੋਈ ਮਿਲਦਾ ਜੀ ਸਰਕਾਰ ਨੂੰ? ਚਲੋ ਇਹ ਮਿਲ ਰਹੀ ਹੈ ਸਰਕਾਰ ਨੂੰ, ਚਲੋ ਚੰਗੀ ਗੱਲ ਹੈ, ਜਿੱਥੇ ਚੰਗੀ ਗੱਲ ਹੈ ਉੱਥੇ ਚੰਗੀ ਵੀ ਹੈ, ਉਹ ਚੀਜ਼ ਚਲੋ ਮਿਲ ਰਹੀ ਹੈ ਸਹੂਲਤ, ਪਰ ਫਿਰ ਵੀ ਘਰ ਦੇ ਖਰਚੇ ਬਹੁਤ ਹੁੰਦੇ ਆ, ਕਦੀ ਕਦੀ 4-500 ਪੈਨਸ਼ਨ ਆਪਾਂ ਕੋਈ ਸਰਦਾ ਨਹੀਂ ਹੈ, ਬਹੁਤ ਖਰਚੇ ਹੁੰਦੇ ਘਰ ਦੇ, ਅਤੇ
ਬਾਬਾ ਜੀ ਕਿੰਨਾ ਟਾਈਮ ਹੋ ਚੁੱਕਿਆ ਫਿਰ ਕੰਮ ਕਰਦੇ ਨੂੰ? ਫਿਰ ਤਾਂ ਜਦੋਂ ਦੇ ਬਾਬਾ ਗੱਡੀਆਂ 25 ਸਾਲਾਂ ਦੇ ਲੱਗੇ ਉਦੋਂ ਦੇ ਉਦੋਂ ਦੇ ਲੱਗੇ ਪਹਿਲਾਂ ਦੁਕਾਨ ਕੱਢਦੇ ਸੀ, ਪਹਿਲਾਂ ਦੁਕਾਨਾਂ ਬਣੀਆਂ ਪਾਈਆਂ, ਮੁੰਡੇ ਗੁੰਮ ਹੋ ਤੇ ਪਿੱਛਾ ਟੋਰੇ, ਦੁਕਾਨਾਂ ਵਿਹਲੀਆਂ ਹੋ ਗਈਆਂ ਖਾਲੀ। ਠੀਕ ਅਸੀਂ ਮੋਰੀ ਗੜ ਵੀ ਦੁਕਾਨ ਸੀ, ਇੰਦਰਾ ਨਗਰ ਦੇ ਵੱਡਾ ਮੁੰਡਾ ਗੁੰਮ ਹੋਇਆ ਸਾਡੇ, ਉਹ ਤਾਂ ਬਹੁਤ ਪੁਰਾਣੀ ਗੱਲ ਹੈ ਕਿ ਮੁੰਡਾ ਦੁਕਾਨ ਤੇ ਬਹਿੰਦਾ ਸੀ, ਅਸੀਂ ਬਹਿੰਦੇ ਸੀ, ਉਹ ਖੋਲੇ ਉਹ ਦੁਕਾਨ ਛੱਡ। ਠੀਕ ਤੇ ਪਹਿਲਾਂ ਮਤਲਬ ਕਿ ਤੁਸੀਂ ਇੱਥੇ ਰਹਿੰਦੇ ਸੀ, ਵਿਆਹੇ ਹੀ ਨੋ ਅਸੀਂ ਇੱਥੇ ਬਾਅਦ ਚ ਪੈਂਦੇ ਸੀ ਪਹਿਲਾਂ? ਨਹੀਂ ਬਾਅਦ ਚ ਆਏ ਆ ਉਹ ਤੇ ਪਿੱਛਾ ਆਪਣਾ ਹੈ ਕਿਹੜਾ ਪਿੰਡ? ਮਤਲਬ ਕਲੇਰ ਪਿੰਡ ਦਾ ਪਿੱਛਾ ਮਤਲਬ ਤੁਸੀਂ ਦੇਖ ਹੀ ਸਕਦੇ ਹੋ, ਬਾਕੀ ਤੁਹਾਨੂੰ ਸਾਰਾ ਅਸੀਂ ਦਿਖਾਵਾਂਗੇ ਬਾਬਾ ਜੀ ਕਿਵੇਂ ਜਾਂਦੇ ਆ ਬਾਜ਼ਾਰ, ਕਿਵੇਂ ਸਮਾਨ ਆਪਣਾ ਸਕੂਟਰੀ 'ਚ ਲੈ ਕੇ ਆਉਂਦੇ ਆ, ਕਿਵੇਂ ਸਪਲਾਈ ਕਰਦੇ ਆ ਸ਼ਹਿਰ 'ਚ, ਅਤੇ ਤੁਹਾਨੂੰ ਘਰ ਦਾ ਵੀ ਵਿਖਾਉਣਾ ਕੀ ਹਾਲਾਤ ਆ, ਕੀ ਗੱਲਬਾਤ ਆ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ, ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਬਾਬਾ ਜੀ ਦਾ ਨੰਬਰ ਤੁਹਾਨੂੰ ਅਸੀਂ ਥੱਲੇ ਜ਼ਰੂਰ ਦੇਵਾਂਗੇ, ਸੰਪਰਕ ਕਰਕੇ ਜੇ ਤੁਸੀਂ ਮਦਦ ਕਰਨਾ ਚਾਹੁੰਦੇ ਹੋਵੋਗੇ ਤਾਂ ਜ਼ਰੂਰ ਕਰਿਓ। ਠੀਕ ਹੈ ਜੀ, ਅਸੀਂ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਵੀ ਕੁਛ ਮਦਦ ਹੋ ਸਕੇ ਤਾਂ ਚੰਗੀ ਗੱਲ ਹੈ, ਜਿੰਨੀ ਕੀ ਵੀ ਹੋ ਸਕਦੀ ਹੋ ਤੁਸੀਂ ਕਰੋ। ਠੀਕ ਹੈ ਜੀ, ਧੰਨਵਾਦ ਹੈ, ਅਤੇ ਫਿਰ ਮਿਲਾਂਗੇ ਕਿਸੇ ਵੀਡੀਓ 'ਚ। ਅਤੇ ਚਲੋ ਠੀਕ ਹੈ ਬਾਬਾ ਜੀ, ਅਤੇ ਅਸੀਂ ਕਹਿ ਤਾਂ ਵੀਡੀਓ 'ਚ ਇਹੀ ਵੀ ਤੁਹਾਡੀ ਮਦਦ ਕੀਤੀ ਜਾਵੇ, ਅਤੇ ਉਮੀਦ ਹੈ ਸਾਨੂੰ ਵੀ ਕੋਈ ਫੀਡਬੈਕ ਜ਼ਰੂਰ ਆਊਗੀ, ਲਾਜ਼ਮੀ ਲੋਕ ਦੇਖਣਗੇ, ਲਾਜ਼ਮੀ ਤੁਹਾਡਾ ਦੇਖਣਗੇ ਸੋਚਣਗੇ। ਅਤੇ ਚਲੋ ਠੀਕ ਹੈ ਜੀ, ਫਿਰ ਬਾਕੀ ਤੁਹਾਨੂੰ ਦਿਖਾਉਂਦੇ ਸਾਰਾ ਵੀਡੀਓ, ਅਤੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਬਾਕੀ ਹੋਰ ਵੀ। ਅਤੇ ਵੀਡੀਓ ਨਾਲ ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ, ਵੱਧ ਤੋਂ ਵੱਧ ਲੋਕ ਵਿਸ਼ ਕਰਦਾ। ਠੀਕ ਹੈ ਜੀ, ਮੈਂ ਅੱਜ ਬਾਹਰ ਗਏ ਹੋਏ ਸੀ, ਬਸ ਵੀਡੀਓ ਬਣਾਉਣਾ ਹੁਣੇ ਆਇਆ ਜੀ। ਆਉਂਦੇ ਆਉਂਦੇ ਹਾਂ ਹਾਂ ਚੱਲ ਚੱਲ, ਪੈਣਾ ਕਿਤੇ ਮੈਂ ਨਾ ਪਲਟ ਜਾਏ ਨਾ। ਹੌਲੀ ਰੱਖੀ ਗੱਡੇ ਗੱਡੇ ਦੇ ਨਾ ਮਾਰੀ, ਫੋਨ ਡੇਕੂਗਾ। ਆਈ ਜਾਂਦਾ ਆਈ ਜਾਂਦਾ ਆਈ ਜਾਂਦਾ, ਲੈ ਪੈਰ ਉੜਾ ਜੀ ਡੇਕ ਪਿਆ। ਖੁੱਲੋ ਰੱਖ ਦੋ ਜੀ, ਭੈਣ ਪਾਪਾ ਮਗਰ ਛੱਡ ਤੈਨੂੰ ਜ਼ੂਮ ਕਰਨਾ ਪੈ ਜਾਂਦਾ।